ਪਿੰਡ ਦੀ ਜਿਹੜੀ ਇੱਕ ਕਮੇਟੀ ਹੈਗੀ ਹੈ, ਕਮੇਟੀ ਦੇ ਨਵਾਂ ਕੋਈ ਗ੍ਰੰਥੀ ਸਾਹਿਬ ਰੱਖ ਲਿਆ ਉਹ ਗ੍ਰੰਥੀ ਸਾਹਿਬ ਦੇ ਰਿਗਾਰਡਿੰਗ ਹੀ ਕੋਈ ਇਸ਼ੂ ਆ ਗਿਆ ਆਪਸ ਪਿੰਡ ਦੇ ਸਿੰਘਾਂ 'ਚ ਫੋਟੋ ਹੋ ਜਾਣਾ ਯਾਦ ਲਗਾਇਆ ਸੀਗਾ ਪਾਰਟੀ ਦੋ ਮੁਲਾਜ਼ਮ ਇੰਜਰਡ ਹੋਏ ਉਹਨੇ ਦੇਖਿਆ ਕਿੰਨੇ ਲਾਠੀ ਚਾਰਜ ਹੋਏ ਆਪਸੀ ਟਕਰਾਰ ਵਾਜੀ ਕੁਛ ਕਿਰਪਾਨਾਂ ਵਗੈਰਾ ਰੋਡ ਜਾਮ ਕੀਤਾ ਸੀ ਕੀ ਕਾਰਨ? ਦੇਖੋ ਜੀ, ਪਿਛਲੇ ਦਿਨੀ ਜਿਹੜੀ ਗੁਰਦੁਆਰਾ ਕਮੇਟੀ ਦੇ ਅਧੀਨ ਆਉਂਦਾ ACPC ਦੇ ਗੁਰਦੁਆਰਾ ਪਿੰਡ ਨਰੜੂ 'ਚ ਪਿੰਡ ਦੇ ਲੋਕਾਂ ਨੂੰ ਮਤਲਬ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ 'ਤੇ ਪਾਬੰਦੀ ਲਾਈ ਗਈ। ਉਹਨਾਂ ਨੂੰ ਸਰੂਪ ਮੰਗਣ 'ਤੇ ਵੀ ਨਹੀਂ ਦਿੱਤਾ ਜਾ ਰਿਹਾ ਸੀ, ਈਵਨ ਕਿ ਪਿੰਡ ਦੇ ਸਰਪੰਚ ਨੂੰ ਵੀ ਨਹੀਂ ਸਰੂਪ ਦਿੱਤਾ ਜਾ ਰਿਹਾ ਸੀ। ਜਦੋਂ ਅਸੀਂ ਅੱਜ ਸਵੇਰੇ ਬਿਲਕੁਲ ਨਿਮਰਤਾ ਦੇ ਨਾਲ ਗੁਰਦੁਆਰਾ ਸਾਹਿਬ ਇਕੱਤਰਿਤ ਹੋਏ ਹਾਂ, ਉੱਥੇ 2-3 ਘੰਟੇ ਬੇਨਤੀ ਕੀਤੀ ਕਮੇਟੀ ਨੂੰ ਵੀ, ਪ੍ਰਸ਼ਾਸਨ ਨੂੰ ਕਿ ਕਮੇਟੀ ਨੂੰ ਬੁਲਾਇਆ ਜਾਵੇ, ਉਹ ਨਹੀਂ ਆਏ। ਜਦੋਂ ਆਏ ਤਾਂ ਉਹਨਾਂ ਨੇ ਉਦੋਂ ਵੀ ਆਕੜ ਕੀਤੀ, ਜਿਹਦੇ ਵਿਰੋਧ 'ਚ ਸਿੱਖ ਸੰਗਤਾਂ ਨੇ, ਜਥੇਬੰਦੀਆਂ ਨੇ ਇੱਥੇ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਰੋਡ ਜਾਮ ਕੀਤਾ। ਇੱਥੇ ਬੈਠੇ ਤਾਂ ਪ੍ਰਸ਼ਾਸਨ ਨੇ ਸ਼ਾਂਤਮਈ ਸਿੱਖ ਸੰਗਤਾਂ ਦੇ ਉੱਤੇ ਲਾਠੀਚਾਰਜ ਕੀਤਾ, ਕਿਸੇ ਨੂੰ ਵੀ ਕਿਸੇ ਸਿੰਘ ਨੂੰ ਮਤਲਬ ਦੂਜੇ ਤਰੀਕੇ ਦੇ ਨਾਲ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਵੱਡੀ ਗਿਣਤੀ 'ਚ ਪ੍ਰਸ਼ਾਸਨ ਆ ਕੇ, ਇੱਥੇ ਪੁਲਿਸ ਆ ਕੇ ਸਿੱਖ ਨੌਜਵਾਨਾਂ ਦੇ ਉੱਤੇ ਕੇਸ ਪੱਟੇ ਗਏ ਨੇ, ਦਸਤਾਰਾਂ ਲਾਈ ਗਈਆਂ ਨੇ। ਮੈਂ ਪੂਰੇ ਪੰਜਾਬ ਦੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਕਿ ਛੋਟੇ ਛੋਟੇ ਇੱਥੇ ਬੱਚੇ ਨੇ, ਤੁਸੀਂ ਦੇਖ ਸਕਦੇ ਹੋ, ਉਹਨਾਂ ਨੂੰ ਵੀ ਪੁਲਿਸ ਵੱਲੋਂ ਮਾਰਿਆ ਗਿਆ। ਸਮੁੱਚੀ ਸਿੱਖ ਸੰਗਤ ਨੂੰ, ਪੰਜਾਬ ਨੂੰ ਪੂਰੇ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਇਹੋ ਜਿਹਾ ਧੱਕਾ ਪਟਿਆਲੇ ਦੇ ਵਿੱਚ ਹੋਇਆ, ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ 'ਚ, ਇਹ ਜਾਣ ਬੁੱਝ ਕੇ ਹੁਣ ਇਹ ਜਿਹੜੀ ਕਾਂਗਰਸ ਸਰਕਾਰ ਹੈ, ਇਹ ਅਕਾਲੀਆਂ ਨੇ ਜੋ ਕੀਤਾ ਸਾਰਾ ਕੁਛ, ਉਸੇ ਰਸਤੇ ਦੇ ਉੱਤੇ ਤੁਰ ਪਈ ਹੈ। ਸੋ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਦੇ ਹਾਂ, ਇੱਥੇ ਪਹੁੰਚੋ, ਸਰਕਾਰ ਦੇ ਵਿਰੁੱਧ ਇੱਕ ਵੱਡਾ ਜਿਹੜਾ ਮੋਰਚਾ ਖੜਾ ਕਰੋ। ਕਿਹੜੀ ਰੋਡ ਹੈ ਜਿਹੜੀ ਤੁਸੀਂ ਜਾਮ ਕੀਤੀ ਸੀ? ਕਿਹੜੀ ਰੋਡ ਪੈਂਦੀ? ਇਹੀ ਰੋਡ ਹੈ ਜਿਹੜਾ ਰਾਜਪੁਰਾ ਪਟਿਆਲਾ ਰੋਡ ਹੈ, ਇੱਥੇ ਸਿੱਖ ਸੰਗਤਾਂ ਬੈਠੀਆਂ ਸਨ।